ਦੋਸਤੋ ਹੈਂਡੀਕੈਪਟ ਸਰਟੀਫਿਕੇਟ ਬਣਾਉਣ ਵਾਸਤੇ ਇਸ ਤਰ੍ਹਾਂ ਦਾ ਫੋਰਮ ਹੈ ਜਿਹੜਾ ਆਪਾਂ ਨੂੰ ਭਰ ਕੇ ਸੁਵਿਧਾ ਕੇਂਦਰ ਵਿੱਚ ਸਬਮਿਟ ਕਰਵਾ ਕੇ ਆਉਣਾ ਹੁੰਦਾ। ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗਾ ਕਿਵੇਂ ਇਹ ਫੋਰਮ ਭਰਨਾ ਅਤੇ ਕਿਵੇਂ ਇਹ ਡਾਊਨਲੋਡ ਕਰਨਾ ਹੈ। ਜੇ ਵੀਡੀਓ ਬੈਨੀਫਿਸ਼ਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਇੱਥੇ ਆਪਾਂ ਚੈੱਕ ਕਰ ਸਕਦੇ ਆਈਡੈਂਟੀ ਕਾਰਡ ਫੋਰ ਆਲ ਕੈਟੇਗਰੀ ਆਫ ਹੈਂਡੀਕੈਪਟ ਪਰਸਨ। ਉਹ ਦੋਸਤੋ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਇਹ ਫੋਰਮ ਭਰਨਾ ਕੀ। ਮੈਂ ਸਭ ਤੋਂ ਪਹਿਲਾਂ ਜਿਹੜੇ ਉੱਪਰ ਦੇ ਦੋ ਕੋਲਮ ਹੈ ਇਹਨੂੰ ਆਪਾਂ ਛੱਡ ਦੇਣਾ, ਇਹ ਸੁਵਿਧਾ ਕੇਂਦਰ ਵੱਲੋਂ ਆਪ ਭਰੇ ਜਾਂਦੇ ਨੇ। ਦੋਸਤੋ ਆਪਾਂ ਨੂੰ ਡੇਲੀ ਦਾ 1 GB ਜਾਂ 1.5 GB ਜਿਹੜਾ ਇੰਟਰਨੈਟ ਵਰਤਣ ਨੂੰ ਮਿਲਦਾ, ਪਰ ਆਪਾਂ ਉਹ ਸਾਰਾ ਯੂਜ਼ ਨਹੀਂ ਕਰ ਸਕਦੇ। ਅੱਧਾ ਜਿਹੜਾ ਪਰ ਡੇ ਦਾ ਡੇਟਾ ਹੈ ਉਹ ਆਪਣਾ ਐਵੇਂ ਵੇਸਟ ਹੋ ਜਾਂਦਾ, ਪਰ ਆਪਾਂ ਉਸ ਵੇਸਟ ਡੇਟਾ ਨੂੰ ਜਿਹੜਾ ਆਪਾਂ ਡੇਟਾ ਯੂਜ਼ ਨਹੀਂ ਕੀਤਾ ਉਸਨੂੰ ਆਪਾਂ ਵੇਚ ਸਕਦੇ ਹਾਂ ਅੱਗੇ ਅਤੇ ਚੰਗਾ ਪ੍ਰੋਫਿਟ ਕਮਾ ਸਕਦੇ ਹਾਂ। ਜੇ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਕਿਵੇਂ ਇਹ ਸੇਲ ਕੀਤਾ ਜਾਂਦਾ, ਜਿਹੜਾ ਅਨਯੂਜ ਡਾਟਾ ਹੈ ਜਿਵੇਂ ਕਿ 1 GB ਵਿੱਚੋਂ ਆਪਾਂ ਜੇ 600-700 MB ਯੂਜ਼ ਕਰ ਲਿਆ, 300 MB ਡੇਟਾ ਵੇਸਟ ਹੁੰਦਾ, ਉਸ 300 MB ਡੇਟੇ ਨੂੰ ਆਪਾਂ ਸੇਲ ਕਰ ਸਕਦੇ ਹਾਂ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਵੀ ਆਪਣਾ ਡੇਟਾ ਸੇਲ ਕਰਾਂ ਅਤੇ ਪ੍ਰੋਫਿਟ ਕਮਾਵਾਂ, ਪੈਸੇ ਕਮਾਵਾਂ, ਤਾਂ ਉੱਪਰ ਆਈ ਬਟਨ ਜੇ ਤੁਹਾਨੂੰ ਵੀਡੀਓ ਸ਼ੋਅ ਹੋ ਰਹੀ ਉਸ 'ਤੇ ਕਲਿੱਕ ਕਰੋ ਅਤੇ ਪੂਰੀ ਡਿਟੇਲ ਵਿੱਚ ਉਸਨੂੰ ਸਮਝੋ ਅਤੇ ਆਪਣਾ ਅਨਯੂਜ ਡਾਟੇ ਨੂੰ ਸੇਲ ਕਰ ਸਕਦੇ ਹੋ। ਦੋਸਤੋ ਆਪਾਂ ਪਾਰਟ 1 ਤੋਂ ਸਟਾਰਟ ਕਰਨਾ ਹੈ। ਸਭ ਤੋਂ ਪਹਿਲਾਂ ਆਪਣਾ ਨੇਮ ਇੱਥੇ ਲਿਖ ਲਾਂਗੇ, ਆਪਣਾ ਐਡਰੈਸ, ਅਤੇ ਜੋ ਇਹ ਫੋਰਮ ਭਰ ਰਿਹਾ ਆਪਾਂ ਇੱਥੇ ਖੁਦ ਲਿਖ ਕੇ ਵੀ ਆਪਾਂ ਅੱਗੇ ਚੱਲ ਸਕਦੇ ਹਾਂ। ਅਤੇ ਇੱਥੇ ਇਹਨਾਂ ਨੇ ਦੱਸਿਆ ਹੋਇਆ ਕਿ ਜਿਨ੍ਹਾਂ 'ਤੇ ਰੈੱਡ ਸਟਾਰ ਲੱਗਿਆ ਹੈ ਇੱਥੇ ਆਪਾਂ ਚੈੱਕ ਕਰ ਸਕਦੇ ਹਾਂ ਉਹ ਭਰਨੇ ਲਾਜ਼ਮੀ ਹੈ, ਜਿਨ੍ਹਾਂ 'ਤੇ ਨਹੀਂ ਲੱਗਿਆ ਜੇ ਤੁਸੀਂ ਉਹ ਨਾ ਵੀ ਭਰੋਗੇ ਤਾਂ ਚੱਲ ਜਾਵੇਗਾ। ਇਸ ਤੋਂ ਬਾਅਦ ਸੈਲਫ ਅਟੈਸਟ ਫੋਟੋ ਲਾਉਣੀ ਹੈ, ਅੱਧੇ ਆਪਣੇ ਸਿਗਨੇਚਰ ਕਰਨੇ ਆਪਣੀ ਫੋਟੋ 'ਤੇ। ਇਸ ਤੋਂ ਬਾਅਦ ਆਪਣਾ ਪੂਰਾ ਨੇਮ ਭਰਾਂਗੇ ਇੱਥੇ, ਇਸ ਤੋਂ ਬਾਅਦ ਆਪਾਂ ਮੇਲ ਫੀਮੇਲ ਔਰਤਾਂ ਜਾਂ ਮਰਦਾਂ ਇਸ 'ਤੇ ਆਪਾਂ ਟਿੱਕ ਮਾਰ ਲਗਾ ਲਾਂਗੇ। ਇਸ ਤੋਂ ਬਾਅਦ ਡੇਟ ਆਫ ਬਰਥ ਅਤੇ ਫਾਦਰ ਨੇਮ, ਮਦਰ ਨੇਮ, ਐਡਰੈਸ ਆਪਣਾ, ਅਤੇ ਇਸ ਤੋਂ ਬਾਅਦ ਆਪਾਂ ਜ਼ਿਲ੍ਹਾ ਆਪਾਂ ਫਿਲ ਕਰ ਲਾਂਗੇ ਕਿਹੜੇ ਜ਼ਿਲ੍ਹੇ ਵਿੱਚ ਰਹਿੰਦੇ ਹਾਂ, ਅਤੇ ਮੈਰਿਡ ਹੋ ਜਾਂ ਅਨਮੈਰਿਡ ਹੋ। ਜੇ ਤੁਸੀਂ ਇਹ ਦੇਣਾ ਚਾਹੋ ਡਿਟੇਲ ਤਾਂ ਦੇ ਸਕਦੇ ਹੋ, ਨਾ ਹੀ ਦੇਣਾ ਚਾਹੁੰਦੇ ਤਾਂ ਨਾ ਦਿਓ। ਇਸ ਤੋਂ ਬਾਅਦ ਆਪਣਾ ਕੰਟੈਕਟ ਨੰਬਰ ਇੱਥੇ ਆਪਾਂ ਲਿਖ ਦਾਂਗੇ, ਅਤੇ ਵੋਟਰ ਆਈ ਡੀ ਕਾਰਡ ਜੇ ਤੁਹਾਡੇ ਕੋਲ ਹੈ ਇਹਨਾਂ ਵਿੱਚ ਕੋਈ ਵੀ ਪਰੂਫ ਤਾਂ ਆਪਾਂ ਨਾਲ ਲਾ ਦਾਂਗੇ, ਅਤੇ ਇਹਨਾਂ ਦੇ ਨੰਬਰ ਲਿਖ ਦਾਂਗੇ, ਉੱਪਰ ਇੱਕ ਨੰਬਰ ਹੁੰਦਾ ਹੈ ਅਤੇ ਉਹ ਆਪਾਂ ਇਹਦੇ ਲਿਖ ਦਾਂਗੇ। ਇਸ ਤੋਂ ਬਾਅਦ ਐਪਲੀਕੇਸ਼ਨ ਡਿਟੇਲ ਗੱਲ ਕਰੀਏ ਤਾਂ ਆਪਾਂ ਸੇਵਾ ਕੇਂਦਰ 'ਤੇ ਹੀ ਕਲਿੱਕ ਕਰ ਲਾਂਗੇ, ਅਤੇ ਅੱਗੇ ਚੱਲੀਏ ਤਾਂ ਅਤੇ ਹੁਣ ਗੱਲ ਕਰੀਏ ਤਾਂ ਜ਼ਰੂਰੀ ਦਸਤਾਵੇਜ਼ ਕਿਹੜੇ ਕਿਹੜੇ ਨੇ। ਇੱਥੇ ਇਹਨਾਂ ਨੇ ਸਾਫ ਮੈਨਸ਼ਨ ਕੀਤਾ ਹੋਇਆ ਹੈ, ਇੱਕ ਤਾਂ ਰੈਸੀਡੈਂਸ ਪਰੂਫ ਚਾਹੀਦਾ ਹੋਵੇ, ਭਾਵੇਂ ਰਾਸ਼ਨ ਕਾਰਡ ਹੋਵੇ ਜਾਂ ਆਈ ਕਾਰਡ ਹੋਵੇ ਜਾਂ ਵੋਟਰ ਕਾਰਡ ਹੋਵੇ। ਇੱਥੇ ਆਪਾਂ ਚੈੱਕ ਕਰ ਸਕਦੇ ਹਾਂ ਇਹ ਮੈਂਡੇਟਰੀ ਹੈ, ਜ਼ਰੂਰੀ ਹੈ। ਇਸ ਤੋਂ ਬਾਅਦ 2 ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਆਪਣੀ ਇਸ ਦੇ ਨਾਲ ਲਾਉਣੀ ਵੀ ਮੈਂਡੇਟਰੀ ਨੇ। ਇਸ ਤੋਂ ਬਾਅਦ 40% ਤੁਸੀਂ ਹੈਂਡੀਕੈਪਟ ਹੋ, ਇਸਦਾ ਪਰੂਫ ਆਪਾਂ ਨੂੰ ਕਿਸੇ ਵੀ ਗੌਰਮੈਂਟ ਹਸਪਤਾਲ ਵਿੱਚ ਜਾ ਕੇ ਚੈੱਕਅਪ ਕਰਾਉਣਾ, ਅਤੇ ਡਾਕਟਰ ਉਹ ਇਸ਼ੂ ਕਰ ਦਿੰਦਾ ਹੈ ਕਿ ਇਹ 40% ਜਿਹੜਾ ਹੈਂਡੀਕੈਪਟ ਵਿੱਚ ਆਉਂਦਾ ਹੈ, ਅਤੇ ਇਹ ਵੀ ਜ਼ਰੂਰੀ ਹੈ। ਅਤੇ ਇਸ ਤੋਂ ਬਾਅਦ ਆਪਾਂ ਕਰਨਾ ਕੁਛ ਨਹੀਂ ਹੈ ਦੋਸਤੋ, ਜਸਟ ਆਪਾਂ ਇੱਥੇ ਸਿਗਨੇਚਰ ਕਰਨੇ ਨੇ ਆਪਦੇ, ਅਤੇ ਕਿਸੇ ਹੋਰ ਦੇ ਸਿਗਨੇਚਰ ਜਾਂ ਸਰਪੰਚ ਪਟਵਾਰੀ ਦੇ ਕਰਵਾਉਣ ਦੀ ਵੀ ਜ਼ਰੂਰਤ ਨਹੀਂ ਹੁੰਦੀ ਹੈ, ਅਤੇ ਸਿੱਧਾ ਜਾਣਾ ਆਪਾਂ ਸੁਵਿਧਾ ਕੇਂਦਰ ਵਿੱਚ ਉੱਥੇ ਸਬਮਿਟ ਕਰ ਦੇਣਾ। ਹੁਣ ਗੱਲ ਕਰ ਲੈਂਦੇ ਹਾਂ ਡਾਊਨਲੋਡ ਦੀ। ਦੋਸਤੋ ਤੁਹਾਨੂੰ ਡਾਊਨਲੋਡ ਕਰਨ ਦੀ ਇਹ ਜ਼ਰੂਰਤ ਨਹੀਂ ਹੈ, ਜਸਟ ਸਭ ਤੋਂ ਪਹਿਲਾਂ ਤੁਸੀਂ ਇਹ ਚੈਨਲ ਸਬਸਕ੍ਰਾਈਬ ਕਰਨਾ ਹੈ, ਅਤੇ ਕਮੈਂਟ ਵਿੱਚ ਜਿਹੜਾ ਤੁਹਾਡਾ ਵਟਸਐਪ ਨੰਬਰ ਹੈ ਉਹ ਲਿਖਣਾ ਹੈ, ਅਤੇ ਮੈਂ ਤੁਹਾਨੂੰ ਇਹ ਵਟਸਐਪ ਨੰਬਰ ਉੱਪਰ ਸੈਂਡ ਕਰ ਦੇਵਾਂ। ਕਿਉਂਕਿ ਦੋਸਤੋ ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ।